वाहिगुरु जी का खालसा वाहिगुरु जी की फतेह। प्यारी साध संगत जी, तुसी वेख रहे हो कथा गुरबाणी विचार। सब तो पहला तुसी चैनल नूं सबसक्राइब कर लवो ते नाल ही बैल आइकन जरूर दबा लवो ताकि हर एक वीडियो की अपडेट तुहाडे तक पहुँच सके। अते नाल ही जेकर तुहानूं इह वीडियो चंगी लगी तां इस नूं लाइक अते शेयर जरूर करियो। प्यारी साध संगत जी, इह जो मार्ग संसार है इस दे विच रहन वालियां वास्ते साहिब श्री गुरु गोबिंद सिंह महाराज जी ने एक बड़ी घालना काली है। उन्होंने कहा है कि जो सिख ते मैनू प्यार करता है वह हमेशा रहनी ते बहनी वाला सिख होवे। हुण तुसी ये कहिंदे हो कि साडी मत मारीए कि असी सवेरे उठ के ठंडे पानी नाल नहाइए, जदों के नाल ही एक टूटी विचों गर्म पानी आउंदा है। ਇਹ ਗੱਲ ਕਹਿਣ ਨੂੰ ਬੜੀ ਸੌਖੀ ਹੈ ਕਿ ਜਿੰਨੇ ਵੀ ਮਨੁੱਖ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਠੰਡੇ ਪਾਣੀ ਨਾਲ ਨਹੀਂ ਨਹਾਉਂਦੇ ਉਹ ਕਦੇ ਵੀ ਆਪਣੀ ਸਿਹਤ ਨੂੰ ਠੀਕ ਨਹੀਂ ਰੱਖ ਸਕਦੇ। ਤੁਸੀਂ ਦੁਨੀਆ ਦੇ ਸਾਰੇ ਮਸਾਲੇ ਵਰਤ ਕੇ ਵੇਖ ਲਵੋ, ਭਾਵੇਂ ਕਿਉਂਕਿ ਵਿਗਿਆਨ ਦੀ ਇੱਕ ਸਿੱਧੀ ਅਤੇ ਸਾਫ਼ ਗੱਲ ਹੈ ਕਿ ਸਿਰ ਦੇ ਵਾਲ ਤੋਂ ਵੀ ਕਿਤੇ ਬਰੀਕ ਤੁਹਾਡੇ ਸਰੀਰ ਵਿੱਚ ਕੈਪਲਰੀ ਹੈ, ਜਿਹਦੇ ਤੋਂ ਲਾਲ ਖੂਨ ਦਾ ਜੋ ਨਾੜੀ ਹੈ ਉਹ ਆਪਣੇ ਖੂਨ ਦਾ ਦੌਰਾ ਕਰਦੀ ਹੈ ਅਤੇ ਦੌਰਾ ਕਰਦੀ ਹੋਈ ਨੀਲੇ ਖੂਨ ਵਿੱਚ ਬਦਲ ਜਾਂਦੀ ਹੈ। ਇਹ ਕੈਪਲਰੀ ਜੋ ਨੇ ਇਹ ਬੰਦ ਹੋ ਜਾਣ ਤਾਂ ਸਰੀਰ ਦੇ ਸਾਰੇ ਰੋਗ ਇਸ ਤੋਂ ਸ਼ੁਰੂ ਹੁੰਦੇ ਨੇ। ਇਹਨਾਂ ਨੂੰ ਖੋਲ੍ਹਣ ਵਾਸਤੇ ਕੋਈ ਤੁਹਾਡੇ ਕੋਲ ਇਲਾਜ ਨਹੀਂ, ਇੱਕੋ ਇਲਾਜ ਇਹ ਕਿ ਸਵੇਰੇ ਠੰਡੇ ਪਾਣੀ ਦੀ ਟੂਟੀ ਥੱਲੇ ਖਲੋ ਜਾਓ ਤਾਂ ਖੂਨ ਦਾ ਦੌਰਾ ਆਪੇ ਹੀ ਇੰਨਾ ਜ਼ੋਰ ਪਾ ਦੇਵੇਗਾ ਅਤੇ ਬੜੀ ਛੇਤੀ ਤੁਰਨ ਲੱਗ ਜਾਂਦਾ ਹੈ ਅਤੇ ਖੂਨ ਜਿੰਨੀ ਛੇਤੀ ਦੌਰਾ ਕਰੇਗਾ ਉਨੀ ਛੇਤੀ ਕੈਪਲਰੀ ਖੁੱਲਦੀਆਂ ਨੇ। ਫਿਰ ਦੂਜਾ ਠੰਡਾ ਪਾਣੀ ਜਿਸ ਵੇਲੇ ਸਿੱਖ 'ਤੇ ਪਿਆ ਉਸ ਦੇ ਮੂੰਹੋਂ ਨਿਕਲਿਆ ਵਾਹਿਗੁਰੂ। ਇਸੇ ਤਰ੍ਹਾਂ ਹੀ ਕੁਝ ਦਿਨ ਠੰਡੇ ਪਾਣੀ ਨਾਲ ਨਹਾਓ, ਸਰੀਰ ਵੀ ਸੈੱਟ ਹੋ ਜਾਊ ਅਤੇ ਸੁਰਤ ਵੀ ਵਾਹਿਗੁਰੂ ਨਾਲ ਜੁੜ ਜਾਊ। ਫਿਰ ਹੌਲੀ ਹੌਲੀ ਤੁਹਾਡਾ ਮਨ ਆਪ ਹੀ ਗੁਰਬਾਣੀ ਵੱਲ ਖਿੱਚਿਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।